ਤੇਰਾ ਪੰਥ ਬਚਾਉਣਾ ਜੀ, ਹੁਣ ਪਰਿਵਾਰ ਬਚਾਉਣਾ ਜੀ, ਪੰਜਾਬ ਬਚਾਉਣਾ ਜੀ। ਦੱਸੋ ਕੱਲ੍ਹ ਉੱਥੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਪਰਮਾਤਮਾ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਦੇਵੇ, ਸ਼ਰਧਾਂਜਲੀ ਸਮਾਰੋਹ ਉਹਨਾਂ ਦਾ ਸੀ। ਦੋ ਤਿੰਨ ਨਾਮ ਮੇਰਾ ਲਈ ਗਏ ਨੇ ਉੱਥੇ। ਇੱਥੋਂ ਹੀ ਪਤਾ ਲੱਗਦਾ ਕਿ ਕਿੰਨੇ ਭਟਕੇ ਹੋਏ ਨੇ। ਸੁਪਨੇ 'ਚ ਵੀ ਆਈ ਜਾਂਦਾ ਕੇਜਰੀਵਾਲ, ਸੁਪਨੇ 'ਚ ਆਈ ਜਾਂਦਾ ਵੀ ਕੀ ਹੋਈ ਜਾਂਦਾ। ਸੋ ਅੱਜ ਫਿਰ ਸ਼ੁਰੂ ਕਰਤੀ ਪਰਿਵਾਰ ਆਪਾਂ ਕੀ ਹੋ, ਪੰਜਾਬ ਬਚਾਓ ਜਾ ਯਾਤਰਾ। ਮੈਨੂੰ ਸਮਝ ਨਹੀਂ ਆਉਂਦੀ ਬਚਾਉਣਾ ਕੀ, ਤੋਂ ਥੋੜ੍ਹੇ ਤੋਂ ਬਚਾਇਆ ਸੀ ਬੜੀ ਮੁਸ਼ਕਿਲ ਨਾਲ ਹੁਣ। ਸੋ ਇਸ ਕਰਕੇ ਇਹਨਾਂ ਨੇ ਕੁਰਸੀ ਬਚਾਓ ਯਾਤਰਾ ਇਹਨਾਂ ਦੀ, ਇਹ ਪਰਿਵਾਰ ਬਚਾਓ ਯਾਤਰਾ ਇਹਨਾਂ ਦੀ। ਹੋਰ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ, ਹੋਰ ਇਹਨਾਂ ਦਾ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ, ਇਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ, ਸਿਰਫ ਆਪਦਾ ਆਪਦਾ ਪਰਿਵਾਰ, ਪੁੱਤ ਭਤੀਜੇ ਸਾਲੇ ਜੀਜੇ ਬਸ। ਸੋ ਅਸੀਂ ਇਸ ਬਰੋਸ਼ਰ ਦੇ ਵਿੱਚ ਆਪਦੀਆਂ ਪ੍ਰਾਪਤੀਆਂ ਲਿਖੀਆਂ ਨੇ, ਕਿਸ ਤਰ੍ਹਾਂ ਅਸੀਂ ਕੰਮ ਕੀਤੇ ਨੇ, ਅਤੇ ਨਾਲ ਦੂਜੇ ਪਾਸੇ ਉਹ ਵੀ ਲਿਖਿਆ ਕਿ ਕਿਹੜੇ ਕੰਮ ਇਹਨਾਂ ਨੇ ਰੋਕੇ ਨੇ। ਜੇ ਕਿਤੇ ਸਾਡੇ ਕੋਲ ਰਾਜਨੀਤਿਕ ਸ਼ਕਤੀ 13 ਲੋਕ ਸਭਾ ਵਾਲੀ ਹੋਵੇ ਤਾਂ ਅਸੀਂ ਉਹ ਕੰਮ ਵੀ ਅਗਲੇ ਸਾਲ ਇਸੇ ਬਰੋਸ਼ਰ 'ਤੇ ਉਹਨਾਂ ਨੂੰ ਵੀ ਕੀਤੇ ਹੋਏ ਕੰਮਾਂ ਦੇ ਵਿੱਚ ਅਸੀਂ ਸ਼ਾਮਲ ਕਰ ਦਾਂਗੇ, ਕਿਉਂਕਿ ਸਾਡੇ ਕੋਲ ਜਦੋਂ ਇੰਨੀ ਸ਼ਕਤੀ ਹੋਈ ਕਿ ਅਸੀਂ ਹੱਕ ਮੰਗਦੇ ਹੋਈਏ ਲੋਕ ਸਭਾ 'ਚੋਂ। ਮੈਂ ਇਕੱਲਾ ਹੁੰਦਾ ਸੀ ਲੋਕ ਸਭਾ 'ਚ 19 'ਚ, ਤੁਸੀਂ ਦੇਖਿਆ ਮੈਂ ਬਹੁਤ ਸਾਰੇ ਮੰਤਰੀਆਂ ਤੋਂ ਕੰਮ ਕਰਾ ਕੇ ਲਿਆਉਂਦਾ ਸੀ, ਕਿਉਂਕਿ ਇਹ ਜਿਤਾਉਣ ਵਾਸਤੇ ਤਾਂ ਮੈਂ ਲੋਕਾਂ ਨੂੰ ਕਹਿ ਰਿਹਾ ਤੁਸੀਂ 13 ਜਿਤਾ ਦਿਓ। ਪਾਸਵਰਡ ਮੈਨੂੰ ਪਤਾ ਲੋਕ ਸਭਾ ਦੇ ਵੀ ਕਿਵੇਂ ਕੰਮ ਕਰਾਉਣੇ ਹੁੰਦੇ ਨੇ।